ਬਰਾੜ ਸਾਹਿਬ ਤੁਸੀਂ ਬਹੁਤ ਹੀ ਸੱਚੀਆਂ ਗੱਲਾਂ ਆਪਣੀ ਕਵਿਤਾ ਦੇ ਵਿੱਚ ਬਿਆਨ ਕੀਤੀਆਂ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਮੈਂ ਸਾਡੇ ਰਣਜੀਤ ਸਿੰਘ ਜੀ ਖਹਿਰਾ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਸਾਡੇ ਐਕਸ ਸਰਵਿਸਮੈਨ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ ਔਰ ਨਾਲ ਦੀ ਨਾਲ ਜਿੰਨੇ ਵੀ ਸਾਡੇ ਸੁਸਾਇਟੀ ਦੇ ਜੋ ਗਤੀਵਿਧੀਆਂ ਹੁੰਦੀਆਂ ਹਨ ਉਹਨਾਂ ਨੂੰ ਇਹ ਅਖਬਾਰਾਂ ਦੀਆਂ ਸੁਰੱਖਿਆ ਦਾ ਸ਼ਿੰਗਾਰ ਬਣਾਉਂਦੇ ਹਨ ਸੋ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੋ ਅਗਲਾ ਪ੍ਰੋਗਰਾਮ ਮੈਂ ਆਪਣੇ ਸਾਥੀ ਸਰਦਾਰ ਕਰਬੀਰ ਸਿੰਘ ਸੰਧੂ ਜੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਨ ਸਟੇਜ ਦੇ ਉੱਤੇ ਸ਼ੁਰੂ ਕਰਨ ਸਰਦਾਰ ਕਰਬੀਰ ਸਿੰਘ ਸੰਧੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਯੋਗ ਸਾਥੀਓ ਤੁਸੀਂ ਚੰਦ ਸੱਜਣਾਂ ਦੇ ਵਿਚਾਰ ਸੁਣੇ ਹੁਣ ਸਰਦਾਰ ਹਰਜੰਟ ਸਿੰਘ ਜੀ ਮਾਨ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣਾ ਕਲਾਮ ਪੇਸ਼ ਕਰਨ ਸਰਦਾਰ ਹਰਜੰਟ ਸਿੰਘ ਜੀ ਮਾਨ ਆਏ ਸਾਰੇ ਸਾਥੀਆਂ ਨੂੰ ਗੁਜ਼ਾਰਿਸ਼ ਹੈ ਕਿ ਉਹ ਬੁਲਾਰੇ ਟਾਈਮ ਦਾ ਜ਼ਰੂਰ ਖਿਆਲ ਰੱਖਣ ਤਾਂ ਜੋ ਠੀਕ ਐਗਜੈਕਟ ਟਾਈਮ ਜੋ ਤੁਹਾਨੂੰ ਦਿੱਤਾ ਗਿਆ ਹੈ ਉਦੋਂ ਅਸੀਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਨਾ ਹੈ ਕਿ ਤਾਂ ਹੀ ਸਮਾਪਤ ਸਹੀ ਹੋਏਗਾ ਜੇ ਤੁਸੀਂ ਸਭ ਸਾਥ ਦਿਓਗੇ ਆਓ ਜੀ ਜਦੋਂ ਜੀਵ ਸੰਸਾਰ 'ਤੇ ਆਉਂਦਾ ਅਤੇ ਉਸ ਟਾਈਮ 'ਤੇ ਬੜੀਆਂ ਖੁਸ਼ੀਆਂ ਮਨਾਉਂਦੇ ਨੇ ਕਰਦੇ ਜਦੋਂ ਇਸ ਪਿੰਜਰੇ ਨੂੰ ਇਹ ਛੱਡ ਕੇ ਜਾਂਦਾ ਇਹ ਆਪਦੇ ਆਪ ਨੂੰ ਫਿਰ ਇਹਦੀਆਂ ਗੱਲਾਂ ਕਰਦੇ ਧਰਤਾਂ ਆਖਦਾ ਸੁਣੋ ਇਹ ਭੌਰਾ ਕੀ ਉੱਠ ਚੱਲਿਆ ਕਰਕੇ ਮੈਂ ਤਾਂ ਤੈਨੂੰ ਜੀ ਯਾਦ ਹਾਂ ਕਿਉਂ ਛੱਡਦਾ ਲੜ ਫੜ ਕੇ ਮਨੋ ਵਸਾਰਿਆ ਬੇਮੁਖ ਹੋਇਆ ਕੋਈ ਦਿਨ ਖਾਧਾ ਰਲ ਕੇ ਜਿਨ੍ਹਾਂ ਨੂੰ ਭੈਣ ਭਾਈ ਆਖਦਾ ਰੋਂਦੇ ਹੈ ਤੁਸੀਂ ਤੂੰ ਕਰਕੇ ਧਾਰ ਵਿੱਚ ਡੋਬ ਚੱਲਿਆ ਉੱਠ ਚੱਲਿਆ ਕਰ ਕਰਕੇ ਉਹ ਪਾਣੋ ਪੁੱਤ ਅਰਜਣ ਦਾ ਰਾਤ ਛੇੜਦਾ ਕਿਸ਼ਨ ਜੀ ਖੜ ਕੇ ਟੁੱਟ ਜਾਣ ਸਾਰੇ ਦੁੱਖੜੇ ਕਰਮਾ ਨਵੀ ਦਾ ਪੜ ਕੇ ਬਰਮਾ ਡੋਲ ਗਿਆ ਧਿਆਨ ਪੁੱਤਰੀ ਵੱਲ ਕਰਕੇ ਵੇਦ ਬਣਾ ਦੇਵੇ ਖੁਸ਼ ਹੋ ਜਾਂਦੇ ਪੜ੍ਹ ਕੇ ਬਾਬੇ ਨਾਨਕ ਨੂੰ ਕਲ ਯੁਗ ਲੈ ਡਰਾਉਂਦਾ ਖੜ ਕੇ ਰੱਬ ਨਾਲ ਲੱਤਾਂ ਲਾ ਲਈਆਂ ਸਿਰ ਲੈ ਜ਼ਮੀਨ 'ਤੇ ਧਰ ਕੇ ਨਾਉਂ ਪਰਮੇਸ਼ਰ ਦਾ ਬੋਲ ਵਾਹਿਗੁਰੂ ਕਰਕੇ ਧਿਆਨ ਹੈ ਗੋਬਿੰਦ ਨੂੰ ਪਾਰ ਲੰਘਣਾ ਜੇ ਤਰ ਕੇ ਬਦਲਿਆ ਨਾ ਕਰੋਏ ਰਹਿ ਲੈ ਖਦਾ ਤੋਂ ਡਰ ਕੇ ਰਾਜ ਪਟਿਆਲੇ ਦਾ ਪਲ ਵਿੱਚ ਉੱਠ ਗਿਆ ਕਰਕੇ ਓਏ ਰਾਮ ਵਸਾਰ ਦਿੱਤਾ ਬੰਦਿਆਂ ਵਿੱਚ ਮਾਇਆ ਦੇ ਵੜ ਕੇ ਰਾਮ ਵਸਾਰ